ਮੈਂ ਮੁੰਡਾ ਇੱਥੇ ਕੰਮ ਕਰਦਾ, 10 ਵਜੇ ਆਉਂਦਾ ਉਹ, ਉਹਨੇ ਆ ਕੇ ਮੈਨੂੰ ਕਾਲ ਕੀਤੀ ਕਿ ਬਾਹਰਲਾ ਮੇਨ ਗੇਟ ਦਾ ਲੋਕ ਜਿਹੜਾ ਟੁੱਟਾ ਹੋਇਆ, ਅਤੇ ਮੈਂ ਉਹਨੂੰ ਕਿਹਾ ਤੂੰ ਅੰਦਰ ਨਾ ਜਾਈ, ਅਤੇ ਉਹ ਸਾਹਮਣੇ ਬੈਠ ਗਿਆ। ਫਿਲਹਾਲ ਮੈਂ ਉਹ ਲਈ ਤਾਂ ਚਾਹ ਗਿਆ 15-20 ਮਿੰਟ, ਅਤੇ ਅੰਦਰ ਜਦੋਂ ਆਏ ਹਾਂ ਅਤੇ ਆ ਚੋਰੀ ਦਾ ਪਤਾ ਲੱਗਾ ਸਾਨੂੰ ਕਿ ਚੋਰੀ ਹੋਈ ਆ। ਅਤੇ ਰਾਤ ਨੂੰ 2:40 ਦੇ 2 ਮੁੰਡੇ ਆਏ ਆ ਸਕੂਟਰ 'ਤੇ, ਅਤੇ 2:56 ਚਲ ਗਏ ਆ ਮੇਨ। ਜਦੋਂ ਤੁਸੀਂ ਐਂਟਰ ਕੀਤਾ ਉਦੋਂ ਹੀ ਮੈਂ ਐਂਟਰ ਕੀਤਾ, ਦੇਖਿਆ ਆ ਇੱਕ ਇਨਵਰਟਰ ਅਤੇ ਇੱਕ ਮੇਰਾ ਲੋਕਰ, ਆਫੀਸ਼ਲ ਲੋਕਰ ਆ ਉਹ ਹੈ ਨਹੀਂ, ਬਾਕੀ ਹੁਣ ਚੀਜ਼ਾਂ ਬਾਅਦ 'ਚੋਂ ਪਤਾ ਲੱਗੂਗੀਆਂ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਦੈਨਿਕ ਸਵਰਾਜ ਟੀਵੀ 'ਤੇ, ਮੈਂ ਹਾਂ ਤਾਨਿਆ। ਔਰ ਇਸ ਵੇਲੇ ਦੀ ਵੱਡੀ ਖਬਰ, ਪੰਜਾਬੀ ਗਾਇਕ ਮਾਸਟਰ ਸਲੀਮ ਦੇ ਆਫਿਸ ਦੇ ਵਿੱਚ ਚੋਰੀ ਹੋ ਗਈ ਹੈ। ਜੀ ਹਾਂ, 2 ਲੁਟੇਰਿਆਂ ਨੇ ਇਸ ਚੋਰੀ ਦੀ ਵਾਰਦਾਤ ਨੂੰ ਇਲਜ਼ਾਮ ਦਿੱਤਾ ਹੈ। ਇਸ ਦੀ ਜਾਣਕਾਰੀ ਖੁਦ ਮਾਸਟਰ ਸਲੀਮ ਦੇ ਮੈਨੇਜਰ ਜੋਸ਼ ਵੱਲੋਂ ਦਿੱਤੀ ਗਈ ਹੈ। ਜੋਸ਼ ਦਾ ਕਹਿਣਾ ਹੈ ਕਿ ਰਾਤ ਦੇ 2:30 ਵਜੇ ਚੋਰ ਮੇਨ ਗੇਟ ਜਿਹੜਾ ਉਹ ਤੋੜ ਕੇ ਅੰਦਰ ਆਉਂਦੇ ਨੇ, ਅਤੇ ਜਿਹੜੇ ਜ਼ਰੂਰੀ ਕਾਗਜ਼ਾਤ ਲੋਕਰ ਦੇ ਵਿੱਚ ਹੁੰਦੇ ਨੇ ਉਹ ਪੂਰਾ ਲੋਕਰ ਗਾਇਬ ਹੈ। ਲੋਕਰ ਦੇ ਵਿੱਚ ਹੋਰ ਬੜਾ ਕੁਝ ਸਮਾਨ ਸੀ ਜਿਹੜਾ ਕਿ ਇਸ ਵੇਲੇ ਗਾਇਬ ਕਰ ਦਿੱਤਾ ਗਿਆ। ਔਰ ਕੀ ਕੁਛ ਕਿਹਾ ਜੋਸ਼ ਨੇ, ਉਹ ਤੁਹਾਨੂੰ ਸੁਣਾਉਂਦੇ ਹਾਂ। ਭਾਜੀ, ਸਲੀਮ ਭਾਈ ਦਾ ਆਫਿਸ ਹੈ ਜਿੱਦਾਂ ਤੁਹਾਨੂੰ ਪਤਾ ਹੀ ਹੈ, ਅਤੇ ਮੈਂ ਮੁੰਡਾ ਮੇਰਾ ਸੀ ਇੱਥੇ ਕੰਮ ਕਰਦਾ, 10 ਵਜੇ ਆਉਂਦਾ ਉਹ, ਉਹਨੇ ਆ ਕੇ ਮੈਨੂੰ ਕਾਲ ਕੀਤੀ ਕਿ ਬਾਹਰਲਾ ਮੇਨ ਗੇਟ ਦਾ ਲੋਕ ਜਿਹੜਾ ਟੁੱਟਾ ਹੋਇਆ, ਅਤੇ ਮੈਂ ਉਹਨੂੰ ਕਿਹਾ ਤੂੰ ਅੰਦਰ ਨਾ ਜਾਈ, ਅਤੇ ਉਹ ਸਾਹਮਣੇ ਬੈਠ ਗਿਆ। ਫਿਲਹਾਲ ਮੈਂ ਉਹਨੂੰ ਤਾਂ ਚਾਹ ਗਿਆ 15-20 ਮਿੰਟ, ਅਤੇ ਅੰਦਰ ਜਦੋਂ ਆਏ ਹਾਂ ਅਤੇ ਆ ਚੋਰੀ ਦਾ ਪਤਾ ਲੱਗਾ ਸਾਨੂੰ ਕਿ ਚੋਰੀ ਹੋਈ ਆ। ਅਤੇ ਰਾਤ ਨੂੰ 2:40 ਦੇ 2 ਮੁੰਡੇ ਆਏ ਆ ਸਕੂਟਰ 'ਤੇ, ਅਤੇ 2:56 ਚਲ ਗਏ ਆ ਮੇਨ। ਜਦੋਂ ਤੁਸੀਂ ਐਂਟਰ ਕੀਤਾ ਉਦੋਂ ਹੀ ਮੈਂ ਐਂਟਰ ਕੀਤਾ, ਦੇਖਿਆ ਆ ਇੱਕ ਇਨਵਰਟਰ ਅਤੇ ਇੱਕ ਮੇਰਾ ਲੋਕਰ, ਆਫੀਸ਼ਲ ਲੋਕਰ ਆ ਉਹ ਹੈ ਨਹੀਂ, ਬਾਕੀ ਹੁਣ ਚੀਜ਼ਾਂ ਬਾਅਦ 'ਚੋਂ ਪਤਾ ਲੱਗੂਗੀਆਂ। ਲੋਕਰ ਦੇ ਵਿੱਚ ਕੀ ਸਮਾਨ ਪਿਆ ਸੀ? ਉਹਦੇ 'ਚ ਭਾਜੀ ਮੇਰੇ ਆਫੀਸ਼ਲ ਡਾਕੂਮੈਂਟਸ ਸੀ। ਅੱਛਾ, ਡਾਕੂਮੈਂਟਸ, ਕੋਈ ਕੈਸ਼ ਵਗੈਰਾ, ਗੋਲਡ ਵਗੈਰਾ ਸੀਗਾ ਕੁਛ? ਕੈਸ਼ ਭਾਜੀ ਇੱਕ ਅੱਧਾ ਐਡਵਾਂਸ ਆ। ਅੱਛਾ ਜੀ, ਪ੍ਰੋਗਰਾਮ ਦਾ ਕੱਲ੍ਹ ਹੀ ਜਿਹੜਾ, ਕਿਉਂਕਿ ਆਪਾਂ ਉਹਦੇ 'ਚ ਰੱਖ ਦੇਣੀ ਆ, ਲੋਕਰ 'ਚ ਰੱਖ ਦੇਣੀ ਆ। ਹੋਰ ਕੀ ਕੀ ਲੈ ਗਏ? ਹੋਰ ਵੀ ਇਹਦੇ ਇਲਾਵਾ ਕੀ ਕੀ ਸਮਾਨ ਹੈਗਾ ਜਿਹੜਾ? ਡਾਕੂਮੈਂਟਸ ਭਾਜੀ, ਭਾਜੀ ਦਾ ਲਾਇਸੈਂਸ ਰੀਨਿਊ ਹੋਣਾ ਸੀਗਾ, ਉਹ ਪੇਪਰ ਪਏ ਆ। ਤੁਹਾਨੂੰ ਕਿੰਨੀ ਦੇਰ ਹੋ ਗਈ ਮਾਸਟਰ ਸਲੀਮ ਜੀ ਦੇ ਨਾਲ? ਮੈਨੂੰ ਭਾਜੀ ਨਾਲ 22 ਸਾਲ ਹੋ ਗਏ। ਇਸ ਗੱਲ ਦੀ ਤਲਾਸ ਸਲੀਮ ਜੀ ਨੂੰ ਦਿੱਤੀ ਤੁਸੀਂ? ਹਾਂਜੀ ਭਾਜੀ ਦੀ ਨੌਲੇਜ ਹੈ। ਪੁਲਿਸ ਨੂੰ ਦੱਸਿਆ? ਪੁਲਿਸ ਇਨਫੋਰਮੇਸ਼ਨ, ਪੁਲਿਸ ਨੂੰ ਕੀਤੀ ਹੈ ਜੀ। ਅੱਛਾ, ਇਹਨਾਂ ਦੇ ਕੋਈ ਗੋਲਡ ਜਵੈਲਰੀ ਵਗੈਰਾ ਤਾਂ ਨਹੀਂ ਸੀ ਇੱਥੇ? ਨਹੀਂ ਭਾਜੀ ਨਹੀਂ। ਤੁਸੀਂ ਕਲਾਕਾਰਾਂ 'ਚ ਰਹਿੰਦੇ ਹੋ, ਪੰਜਾਬ ਪੁਲਿਸ ਨੂੰ ਇਤਲਾਹ ਕਰ ਚੁੱਕੇ ਹੋ, ਕਲਾਕਾਰ ਸੀ ਆ ਵਾ, ਇਹਦੇ ਬਾਰੇ ਤੁਹਾਡਾ ਕੀ ਕਹਿਣਾ? ਸਰ ਪਤਾ ਕੀ, ਮੈਂ ਤਾਂ ਖੁਦ ਹੈਰਾਨ ਹਾਂ। ਮੈਂ ਆਪਣੇ ਜਿਹਦੇ ਨੇਬਰ, ਜਿਹਦੇ ਮੈਂ ਹੁਣ ਕੈਮਰੇ 'ਚ ਦੇਖਿਆ, ਮੈਂ ਉਹਨੂੰ ਇਹੀ ਗੱਲ ਦੱਸ ਕੇ ਕਿ ਅਸੀਂ ਬਾਈ ਸੇਫ ਮੁਹੱਲੇ 'ਚ ਵੀ ਹੈ ਨਹੀਂ। ਅਸੀਂ ਸੋਚਦੇ ਸੀ ਅੱਜ ਤੋਂ ਪਹਿਲਾਂ ਕਿ ਅਸੀਂ ਮੁਹੱਲਿਆਂ 'ਚ ਸੇਫ ਹਾਂ, ਪਰ ਮੁਹੱਲੇ 'ਚ ਵੀ ਸੇਫਟੀ ਹੈ ਨਹੀਂ। ਲੋਕਰ ਤੋਂ ਇਲਾਵਾ ਹੋਰ ਕੀ ਕੀ ਲੈ ਗਏ? ਦੇਖਿਆ, ਮੈਂ ਚੈੱਕ ਨਹੀਂ ਕੀਤਾ ਹਾਲੇ। ਲੋਕਰ ਹੈ ਔਰ ਇਨਵਰਟਰ ਆ ਵੱਡਾ। ਕਿੰਨੇ ਬੰਦੇ ਸੀ ਭਾਜੀ? ਦੋ ਮੁੰਡੇ ਹੋ ਗਏ। ਠੀਕ ਹੈ ਭਾਜੀ, ਬਾਈਕ ਦੇ ਸੀ ਭਾਜੀ? ਐਕਟਿਵਾ ਬਲੈਕ ਕਲਰ। ਚਲੋ, ਥੈਂਕ ਯੂ। ਕਿੰਨਾ ਕੁ ਭਾਜੀ